हसरा दाल में सिख मजहब के बानी बाबा गुरु नानक साहब के जन्मदिन की 3 रोजा तकरीबात का आगाज हो चुका है। इस वक्त हमारे नुमाइंदा एम नवीद कादरी पंजा साहब पर मौजूद है, मजीद उनसे जानते हैं। जी नवीद, क्या तफसीलात हैं, आगाह करें। जी बिल्कुल, मैं इस वक्त मौजूद हूँ हसरा दाल पंजा साहब के मकाम पर, जहाँ पर बाबा गुरु नानक के 555 योम पैदाइश के मौके पर अंदरूनी व बैरूनी मुल्क से 3000 से ज्यादा सिख यात्रियों की आमद है। इस मौके पर इस वक्त मेरे साथ इंग्लैंड से आई हुई फैमिली भी मौजूद है, मजीद इनसे बात करते हैं कि इनका इस बारे में क्या कहना है। ਸੀ ਸੋਲੀ ਹਲ ਤੋਂ ਆਏ ਹਾਂ ਜੋ ਇੰਗਲੈਂਡ ਵਿੱਚ ਹੈਗੀ ਆ, ਤਾਂ ਅਸੀਂ ਪਾਕਿਸਤਾਨ ਯਾਤਰਾ ਪਹਿਲੀ ਵਾਰ ਕਰਨ ਆਏ ਹਾਂ, ਤਾਂ ਅਸੀਂ ਹੁਣ ਅਸੀਂ ਇਸ ਵਕਤ ਪੰਜਾਬ ਸਾਹਿਬ ਗੁਰਦੁਆਰੇ 'ਤੇ ਅਸੀਂ ਮੌਜੂਦ ਆਏ ਹਾਂ, ਤਾਂ ਬੜਾ ਹੀ ਸੋਹਣਾ ਲੱਗਿਆ, ਬੜੀ ਸ਼ਾਂਤੀ ਮਿਲੀ ਆ ਇੱਥੇ ਮਿਲ ਕੇ। ਤਾਂ ਅਸੀਂ ਕੱਲ੍ਹ ਗਏ ਸੀਗੇ ਨਨਕਾਣਾ ਸਾਹਿਬ ਵੀ ਗੁਰਪੁਰਬ ਮਨਾਉਣ ਸਾਰੀ ਫੈਮਿਲੀ ਦੇ ਨਾਲ, ਬਹੁਤ ਹੀ ਸੋਹਣਾ ਲੱਗਿਆ ਸਾਨੂੰ ਉੱਥੇ ਵੀ ਜਾ ਕੇ। ਤਾਂ ਅਸੀਂ ਸਾਡੇ ਪਾਕਿਸਤਾਨ ਭੈਣ ਭਰਾਵਾਂ ਦੇ ਨਾਲ ਬਹੁਤ ਬੜਾ ਸੋਹਣਾ ਇੰਤਜ਼ਾਮ ਕੀਤੇ ਆ, ਸਾਡੇ ਲਈ ਬਹੁਤ ਅੱਛਾ ਲੱਗਿਆ ਆ, ਸਾਨੂੰ ਮਹਿਸੂਸ ਨਹੀਂ ਹੋ ਰਿਹਾ ਕਿ ਅਸੀਂ ਇੰਡੀਆ ਪੰਜਾਬ 'ਚ ਹਾਂ ਜਾਂ ਪਾਕਿਸਤਾਨ ਪੰਜਾਬ 'ਚ ਆ। ਸੋ ਥੈਂਕ ਯੂ ਤੁਹਾਡਾ ਸਾਰਿਆਂ ਦਾ। ਜੀ ਬਿਲਕੁਲ ਬਿਲਕੁਲ, ਇਨਕਾ ਇਹੀ ਕਹਿਣਾ ਹੈ ਕਿ ਹਮੇ ਪਾਕਿਸਤਾਨ ਆਕਰ ਬਹੁਤ ਖੁਸ਼ ਹੋਈ ਹੈ ਔਰ ਪਾਕਿਸਤਾਨੀ ਹਕੂਮਤ ਕੇ ਜੋ ਇੰਤਜ਼ਾਮਾਤ ਹੈ ਹਮ ਉਨਸੇ ਬਹੁਤ ਮੁਤਮਾਇਨ ਹੈ। ਜੀ।